ਕਹਿੰਦਾ ਕਿਸੇ ਨਾਲੋਂ ਛੋਟੇ ਆ ਕਿਸੇ ਨਾਲੋਂ ਵੱਡੇ ਆ ਕੰਮ ਤਾਂ ਵਿਹਲੇ ਆ ਘਰੋਂ ਬਾਹਰੋਂ ਕੱਢੇ ਆ ਜੇਬੋਂ ਮਲਾਂਗਾ ਨਸ਼ੇ ਪੱਤਰ ਤਾਂਗਾ ਰਾਜੇ ਬਣ ਕੇ ਰਹਿੰਦੇ ਆ ਰੱਬ ਦੇ ਰੰਗਾ 2013 ਦੇ ਵਿੱਚ ਮੈਂ PTC ਪੰਜਾਬੀ ਤੇ ਵਰਕ ਕਰਨਾ ਸਟਾਰਟ ਕੀਤਾ ਸੀਗਾ ਜੀ ਤੇ ਅੱਜ 2023 ਹੋ ਚੁੱਕਿਆ ਜੀ ਤੇ 10 ਸਾਲ ਹੋ ਗਏ ਥੀਏਟਰ ਵਾਲੀਆਂ ਫਿਲਮਾਂ ਜਿੱਦਾਂ ਐਮੀ ਭਾਜੀ ਨਾਲ ਕਰਕੇ ਆਇਆ ਜੀ ਅੰਨੀ ਦੇ ਮਜ਼ਾਕ ਤੇ ਕਮਲ ਗਰੇਵਾਲ ਭਾਜੀ ਦੇ ਨਾਲ ਸੈਕੰਡ ਲੀਡ ਤੇ ਵਰਕ ਸੀਗਾ ਜੀ ਸ਼ੌਂਕ ਸਰਦਾਰੀ ਦਾ ਤੇ ਆਉਣ ਵਾਲੀ ਜਿਹੜੀ ਆਪਣੀ ਮੂਵੀ ਹੈਗੀ ਹੈ ਜੀ ਉਹ ਵੀਰ ਵੀਰੇ ਨਾਲ ਪਹਿਲਾਂ ਤਾਂ ਹਰੇਕ ਕੰਮ ਔਖਾ ਲੱਗਦਾ ਹੀ ਲੱਗਦਾ ਵੀ ਯਾਰ ਪਤਾ ਨਹੀਂ ਸਕਸੈਸ ਮਿਲੂਗੀ ਜਾਂ ਨਹੀਂ ਮਿਲੂਗੀ ਪਰ ਜੇ ਬੰਦਾ ਮਿਹਨਤ ਕਰਦਾ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਐਮੀ ਵਿਰਕ ਨਾਲ ਕਿੱਦਾਂ ਦੀ ਬੌਂਡਿੰਗ ਸੀ ਵਧੀਆ ਰਿਹਾ ਜੀ ਵੀਰੇ ਨਾਲ ਸੁਭਾਅ ਵੀ ਬਾਈ ਜਿੱਦਾਂ ਦੇ ਲੁੱਕ ਤੋਂ ਦੀਂਦੇ ਨੇ ਵੀ ਗੁੱਸੇ ਵਾਲੇ ਨੇ ਉਦਾਂ ਉਹ ਬਿਲਕੁਲ ਨਹੀਂ ਹੈਗੇ ਜਦੋਂ ਬਾਈ ਦੇ ਨਾਲ ਆਪਾਂ ਜਾ ਕੇ ਵਿਚਰਦੇ ਆ ਤੇ ਅਸੀਂ ਕੰਮ ਕਰਦੇ ਆ ਹਸਾ ਕੇ ਰੱਖਦੇ ਬਈ ਪੂਰੇ ਸੈੱਟ ਦੇ ਤੇ ਬਾਈ ਆਪ ਹੀ ਹਸਾ ਕੇ ਰੱਖਦੇ ਆ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ ਸੋ ਜ਼ਿੰਦਾ ਦਿਲੀ ਨਾਲ ਜੀਣ ਲਈ ਸਾਨੂੰ ਹਾਸਾ ਬਹੁਤ ਜ਼ਰੂਰੀ ਹੈ ਹਾਸੀਆਂ ਖੇਡੀਆਂ ਜ਼ਿੰਦਗੀ ਦੇ ਵਿੱਚ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਸਾਡੇ ਨਾਲ ਇੱਕ ਸਟੈਂਡ ਅਪ ਕਾਮੇਡੀਅਨ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ ਤੇ ਕੁਝ ਹਾਸੀਆਂ ਖੇਡੀਆਂ ਵੀ ਅਸੀਂ ਨਾਲ ਨਾਲ ਕਰਾਂਗੇ ਜ਼ਰੂਰ ਤੁਹਾਨੂੰ ਵੀ ਅਸਾਵਾਂਗੇ ਔਰ ਤੁਸੀਂ ਵੀ ਸਾਨੂੰ ਵੀ ਦੱਸਣਾ ਕਿ ਕਿੱਦਾਂ ਦਾ ਲੱਗਿਆ ਤੁਹਾਨੂੰ ਇਹ ਸ਼ੋਅ ਸਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਜੀ ਠੀਕ ਸਭ ਤੋਂ ਪਹਿਲੇ ਸਾਡੇ ਵਿਊਵਰਸ ਨੂੰ ਆਪਣੇ ਬਾਰੇ ਥੋੜੀ ਜਾਣਕਾਰੀ ਦਿਓ ਮੇਰਾ ਜੀ ਨਾਂ ਪ੍ਰਦੀਪ ਹੈ ਜੀ ਵੈਸੇ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਨਾਂ ਮਾਮਾ ਬੱਦਵਾਲੀ ਦੇ ਨਾਂ ਤੋਂ ਜਾਣਦੇ ਆ ਜੀ ਤੇ ਜਿਹੜਾ ਮੇਰਾ ਵੈਸੇ ਕੈਰੈਕਟਰ ਹੁੰਦਾ ਜੀ ਉਹ ਹਾਸੇ ਦੇ ਤੌਰ ਤੇ ਹੁੰਦਾ ਜੀ ਅੱਛਾ ਮਾਮਾ ਬੱਦਵਾਲੀਆ ਸਭ ਤੋਂ ਪਹਿਲੇ ਤਾਂ ਇਹੀ ਸਵਾਲ ਬਣਦਾ ਹੈ ਕਿ ਇੰਨੇ ਯੰਗ ਏਜ ਦੇ ਤੁਸੀਂ ਹੈਗੇ ਹੋ ਤੇ ਮਾਮਾ ਨਾਮ ਕਿਉਂ ਪਿਆ ਤੁਹਾਡਾ ਇੱਕ ਨਾ PTC ਪੰਜਾਬੀ ਦੇ ਉੱਤੇ ਸ਼ੋਅ ਚੱਲਦਾ ਸੀਗਾ ਜੀ ਲਾਫਟਰ ਦਾ ਮਾਸਟਰ ਸੀਜ਼ਨ 2 ਜੀ ਉਹਦੇ ਵਿੱਚ ਮੈਂ ਐਜ਼ ਅ ਪਾਰਟਿਸਿਪੇਟ ਕੀਤਾ ਸੀਗਾ ਜਿੱਥੋਂ ਮੈਡਮ ਉਪਾਸਨਾ ਸਿੰਘ ਮੈਡਮ ਜਿਹੜੇ ਸੀਗੇ ਉਹ ਜੱਜ ਸੀਗੇ ਜੀ ਉੱਥੇ ਤੇ ਉਹਨਾਂ ਨੇ ਮੇਰਾ ਨਾਂ ਰੱਖਿਆ ਸੀਗਾ ਜੀ ਮਾਮਾ ਕਿਉਂਕਿ ਸਾਰਿਆਂ ਨੂੰ ਮੈਂ ਡਿਊਟੀ ਲੱਗੀ ਸੀ ਮੇਰੀ ਵੀ ਸਾਰੇ ਬੰਦੇ ਨੂੰ ਠਾਲ ਕੇ ਵੀ ਲੈ ਕੇ ਆਉਣਾ ਸਾਰਾ ਕੁਝ ਰੈਡੀ ਵੀ ਕਰਕੇ ਲੈ ਕੇ ਆਉਣਾ ਤੇ ਉੱਥੋਂ ਉਹਨਾਂ ਨੇ ਮੇਰਾ ਨਾਂ ਰੱਖਤਾ ਮਾਮਾ ਵੀ ਸਾਰੇ ਭਾਣਜੇ ਤੇ ਰਹੇ ਆ ਭਾਈ ਠੀਕ ਹੈ ਠੀਕ ਹੈ ਅੱਛਾ ਇਹ ਦੱਸੋ ਕਿ ਜਦੋਂ ਤੁਸੀਂ ਸ਼ੁਰੂਆਤ ਕੀਤੀ ਇਹ ਆਪਣੀ ਕਾਮੇਡੀ ਵਾਲੀ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪਰਿਵਾਰ ਦੇ ਵਿੱਚ ਮੈਂਬਰ ਸੀਗੇ ਉਹਨਾਂ ਨੇ ਤੁਹਾਡਾ ਸਪੋਰਟ ਕਿੰਨਾ ਕੁ ਕੀਤਾ ਸਪੋਰਟ ਜੀ ਫੈਮਿਲੀ ਤਾਂ ਸਪੋਰਟ ਕਰਦੀ ਹੁੰਦੀ ਹੈ ਬੰਦੇ ਨੂੰ ਤੇ ਬਾਕੀ ਬੰਦਾ ਚੜ੍ਹਤ ਜਾਂ ਕਹਿ ਦਈਏ ਬੰਦੇ ਦੀ ਜਾਂ ਹੌਸਲਾ ਕਹਿ ਦਈਏ ਉਦੋਂ ਹੀ ਹੁੰਦਾ ਜਦੋਂ ਜੀ ਆਪਾਂ ਕਿਸੇ ਚੀਜ਼ ਨੂੰ ਆਪਾਂ ਕਰ ਦਈਏ ਤਾਂ ਵਾਇਰਲ ਕਰ ਦਿੰਦੀ ਹੈ ਜਿੱਦਾਂ ਹਨਾ ਜੀ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਾਂਜੀ ਜਦੋਂ ਸੋਸ਼ਲ ਮੀਡੀਆ ਸਹਾਰੇ ਰਾਹੀਂ ਆਪਾਂ ਵਾਇਰਲ ਕਰ ਦਿੰਦੇ ਚੀਜ਼ ਉਦੋਂ ਬਾਅਦ ਵਿੱਚ ਫਿਰ ਬੰਦੇ ਨੂੰ ਹੌਸਲਾ ਹੁੰਦਾ ਕਿ ਯਾਰ ਹਾਂ ਮੇਰਾ ਕੀਤਾ ਹੋਇਆ ਕੰਮ ਲੋਕਾਂ ਨੂੰ ਪਸੰਦ ਆ ਰਿਹਾ ਵਾ ਤੇ ਮੈਂ ਅੱਗੇ ਵੱਧ ਰਿਹਾ ਹਾਂ ਵੈਸੇ ਤੁਸੀਂ ਬੇਸਿਕਲੀ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਹਾਂਜੀ ਲੁਧਿਆਣੇ ਸ਼ਹਿਰ ਤੇ ਨਾਲ ਹੀ ਪਿੰਡ ਹੈ ਜੀ ਬੱਦਵਾਲ ਤੇ ਮੈਂ ਉੱਥੋਂ ਦਾ ਰਹਿਣ ਵਾਲਾ ਪਰਿਵਾਰ 'ਚ ਕੌਣ ਕੌਣ ਹੈ ਤੁਹਾਡੇ ਪਰਿਵਾਰ ਦੇ ਵਿੱਚ ਮੰਮੀ ਹੈ ਡੈਡੀ ਹੈ ਜੀ ਮੈਂ ਤੇ ਮੇਰਾ ਬ੍ਰਦਰ ਹੈ ਜੀ ਸਿਸਟਰ ਮੈਰਿਡ ਹੈ ਜੀ ਠੀਕ ਹੈ ਜੀ ਔਰ ਜਦੋਂ ਤੁਸੀਂ ਇਹ ਸ਼ੁਰੂਆਤੀ ਦੌਰ ਆਪਣਾ ਕੀਤਾ ਕਾਮੇਡੀ ਵਾਲਾ ਕਿੰਨੀ ਕੁ ਉਮਰ ਸੀ ਉਦੋਂ ਉਮਰ ਜੀ ਹੁਣ ਤਾਂ ਮੈਨੂੰ ਇੰਨਾ ਕੁ ਯਾਦ ਹੈਗਾ ਵੀ 10 ਸਾਲ ਹੋ ਗਏ ਜੀ ਅੱਛਾ ਜੀ ਹਾਂਜੀ ਜਦੋਂ ਮੈਂ PTC ਪੰਜਾਬੀ ਤੇ ਗਿਆ 2013 ਦੇ ਵਿੱਚ ਮੈਂ PTC ਪੰਜਾਬੀ ਤੇ ਵਰਕ ਕਰਨਾ ਸਟਾਰਟ ਕੀਤਾ ਸੀਗਾ ਜੀ ਤੇ ਅੱਜ 2023 ਹੋ ਚੁੱਕਿਆ ਜੀ ਤੇ 10 ਸਾਲ ਹੋ ਗਏ ਜੀ ਮਿਹਨਤ ਕਰਦੇ ਅੱਛਾ ਮਿਹਨਤ ਕਰਦੇ ਨੂੰ ਤੇ ਜਦੋਂ ਸਭ ਤੋਂ ਪਹਿਲੇ ਤੁਸੀਂ ਸਟੈਂਡ ਅਪ ਕਾਮੇਡੀ ਸ਼ੋਅ ਵਿੱਚ ਗਏ ਸੀਗੇ ਤੈਨੂੰ ਕਿੱਦਾਂ ਦਾ ਲੱਗਿਆ ਸੀ ਉੱਥੇ ਨਰਵਸਨੈਸ ਲੱਗੀ ਸੀਗੀ ਇਦਾਂ ਲੱਗਿਆ ਕਿ ਨਾਲ ਕੰਪੀਟੀਟਰ ਖੜੇ ਨੇ ਮੈਂ ਤਾਂ ਜੀ ਜਦੋਂ ਸਟੇਜ ਸਟਾਰਟ ਕੀਤੀ ਹੈ ਜੀ ਉਹ PTC ਪੰਜਾਬੀ ਤੇ ਕੀਤੀ ਆ ਔਰ ਉੱਥੇ ਕੰਪੀਟੀਸ਼ਨ ਦਾ ਜ਼ਮਾਨਾ ਪੂਰਾ ਸੀਗਾ ਜੀ ਤੇ 16 ਸ਼ੋਅ ਮੈਂ ਉੱਥੇ ਕੀਤੀ ਹੈ ਜੀ ਤੇ ਕੰਪੀਟੀਸ਼ਨ ਦਾ ਜਿੰਨਾ ਕਹਿ ਦਈਏ ਵੀ ਚੜ੍ਹਦੇ ਲੋ ਚੜ੍ਹਦੇ ਆਰਟਿਸਟ ਸੀਗੇ ਜੀ ਉੱਥੇ ਪਰ ਉੱਥੇ ਸਿੱਖਣ ਨੂੰ ਬਹੁਤ ਕੁਝ ਮਿਲਿਆ ਜੀ ਬਿਲਕੁਲ ਸਟੇਜ ਤੇ ਖੜਨਾ ਕਿਸੇ ਨਾਲ ਗੱਲਬਾਤ ਕਰਨੀ ਕਿੱਦਾਂ ਸਕ੍ਰਿਪਟਾਂ ਤਿਆਰ ਕਰਨੀਆਂ ਕਿੱਦਾਂ ਉਹਨੂੰ ਉਹ ਚੀਜ਼ ਨੂੰ ਆਪਾਂ ਉਹ ਕਰਨਾ ਜੀ ਪੇਸ਼ ਕਰਨਾ ਉਹ ਸਾਰਾ ਕੁਝ ਮੈਂ ਉੱਥੇ ਸਿੱਖਿਆ ਜੀ ਹੁਣ ਤੱਕ ਕਿੰਨੀ ਤੁਸੀਂ ਕਿੰਨੇ ਸੀਰੀਅਲਸ ਕਿੰਨੀ ਵੈਬ ਸੀਰੀਜ਼ ਜਾਂ ਕਿੰਨੀ ਮੂਵੀਜ਼ ਕਰ ਚੁੱਕੇ ਹੋ ਜਿਨ੍ਹਾਂ ਦੇ ਰੂਬਰੂ ਜਿਹੜੇ ਪਬਲਿਕ ਦੇ ਰੂਬਰੂ ਤੁਸੀਂ ਆਪਣੇ ਕਰੈਕਟਰ ਦੇ ਚੁੱਕੇ ਹੋ ਸਭ ਤੋਂ ਪਹਿਲਾਂ ਜੀ ਮੈਂ PTC ਪੰਜਾਬੀ ਤੇ ਜਿਹੜੇ ਸ਼ੋਅ ਕੀਤੇ ਉਹ ਵਾਲੇ ਉਸ ਤੋਂ ਬਾਅਦ ਵਿੱਚ ਜੀਤ ਪੈਂਚਰਾਂ ਵਾਲਾ ਹੈਪੀ ਵੀਰਾ ਤੇ ਉਹਦੇ ਨਾਲ ਮੈਂ ਕਮੇਡੀ ਸਕਿੱਟਾਂ ਬਹੁਤ ਕੀਤੀਆਂ YouTube ਦੇ ਉੱਤੇ ਜੀ ਫਿਰ ਉਸ ਤੋਂ ਬਾਅਦ ਵਿੱਚ ਫਿਰ ਮੈਂ ਆਪ ਲਿਖਦਾ ਸੀਗਾ ਜੀ ਉਸ ਤੋਂ ਬਾਅਦ ਮੈਂ ਵੈਬ ਸੀਰੀਜ਼ ਸਟਾਰਟ ਕਰਤੀਆਂ ਸਾਡੀ ਵੈਬ ਸੀਰੀਜ਼ ਆਈ ਸੀਗੀ ਜੀ ਦੀਪਾ ਬੱਸ ਵਾਲਾ ਬਹੁਤ ਹੀ ਜ਼ਿਆਦਾ ਹਿੱਟ ਗਈ ਸਾਨੂੰ ਉਮੀਦ ਨਹੀਂ ਸੀਗੀ ਤੇ ਉਹ ਮੇਰੀ ਰਿਐਲਿਟੀ ਹੈ ਜੀ ਮੇਰੀ ਲਾਈਫ ਦੀ ਤੇ ਉਹ ਮੈਂ ਆਪਦੀ ਰਿਐਲਿਟੀ ਤੇ ਲਿਖੀ ਸੀ ਤੇ ਲੋਕਾਂ ਨੂੰ ਉਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਦੀਪਾ ਬੱਸ ਵਾਲੀ ਨੂੰ ਤੇ ਉਸ ਤੋਂ ਬਾਅਦ ਜੋ ਥੀਏਟਰ ਵਾਲੀਆਂ ਫਿਲਮਾਂ ਜਿੱਦਾਂ ਐਮੀ ਭਾਜੀ ਨਾਲ ਕਰਕੇ ਆਏ ਜੀ ਅੰਨੀ ਦੇ ਮਜ਼ਾਕ ਤੇ ਕਮਲ ਗਰੇਵਾਲ ਭਾਜੀ ਦੇ ਨਾਲ ਸੈਕੰਡ ਲੀਡ ਤੇ ਵਰਕ ਸੀਗਾ ਜੀ ਸ਼ੌਂਕ ਸਰਦਾਰੀ ਦਾ ਤੇ ਆਉਣ ਵਾਲੀ ਜਿਹੜੀ ਆਪਣੀ ਮੂਵੀ ਹੈਗੀ ਹੈ ਜੀ ਉਹ ਵੀਰ ਵੀਰੇ ਨਾਲ ਜੀ ਭਾਖੜਾ ਮੈਂ ਤੇ ਤੂੰ ਹੁਣ ਤੱਕ ਜਦੋਂ ਤੁਸੀਂ ਇੰਨੀ ਵਾਰੀ ਕਾਮੇਡੀ ਕੀਤੀ ਹੈ ਹਰ ਵਾਰੀ ਕਾਮੇਡੀ ਦੀ ਕਿਰਦਾਰ ਮਿਲਿਆ ਤੁਹਾਨੂੰ ਨਹੀਂ ਨਹੀਂ ਜੀ ਜਿੱਦਾਂ ਐਮੀ ਭਾਜੀ ਦੇ ਨਾਲ ਤਾਂ ਉਹਦਾ ਲਾੜੇ ਦਾ ਕਰੈਕਟਰ ਸੀਗਾ ਜੀ ਇੱਕ ਵਿਆਹ ਹੁੰਦਾ ਹੁੰਦਾ ਮੇਰਾ ਉਹ ਵਿਆਹ ਦੇ ਵਿੱਚ ਕਰੈਕਟਰ ਸੀਗਾ ਜੀ ਤੇ ਜਿਹੜਾ ਕਮਲ ਭਾਜੀ ਦੇ ਨਾਲ ਸੀਗਾ ਜੀ ਉਹ ਐਜ਼ ਏ ਗੁੰਡਾ ਸੀਗਾ ਜੀ ਟੱਚ ਉਹਦਾ ਉਹ ਪਹਿਲੀ ਵਾਰੀ ਕੀਤੀ ਸੀ ਗੁੰਡੇ ਵਾਲੀ ਮੂਵੀ ਆਪਾਂ ਤੇ ਫਿਲਹਾਲ ਕਿੰਨਾ ਕੁ ਔਖਾ ਲੱਗਿਆ
ਜਿੱਦਾਂ ਕਿਉਂਕਿ ਕਮਲ ਬਾਈ ਜੀ ਉਹਨਾਂ ਦੀ ਜਿਹੜੀ ਰਹਿਣੀ ਬਹਿਣੀ ਉਹ ਬੈਲੀ ਟਾਈਪ ਆ ਜੀ। ਪਹਿਲਾਂ ਤਾਂ ਬਾਈ ਜੀ ਨਾਲ ਮੈਂ ਮਹੀਨਾ ਡੇਢ ਮਹੀਨਾ ਬਾਈ ਦੇ ਨਾਲ ਹੀ ਰਿਹਾ ਜੀ। ਫਿਰ ਹੌਲੀ ਹੌਲੀ ਜਦੋਂ ਕਮੇਡੀ ਉਹਨਾਂ ਨੂੰ ਦੇਖਿਆ ਵੀ ਹਥਿਆਰ ਉਹਨਾਂ ਕੋਲ ਹੈਗੇ ਨੇ ਜਾਂ ਕਾਬਜੀ ਦੀਆਂ ਜ਼ਮੀਨਾਂ ਉਹ ਛੁਡਾਉਂਦੇ ਰਹੇ ਨੇ, ਉਹਨਾਂ ਨੂੰ ਦੇਖ ਦੇਖ ਕੇ ਫਿਰ ਉਹ ਕਰੈਕਟਰ ਮੈਂ ਆਪ ਕੀਤਾ ਜੀ। ਪਰ ਬੈਸਟ ਗਿਆ ਕਰੈਕਟਰ ਜੀ, ਸਾਰਿਆਂ ਨੂੰ ਵਧੀਆ ਪਿਆ। ਵੈਸੇ ਜ਼ਿਆਦਾ ਤੁਹਾਨੂੰ ਐਕਸ਼ਨ ਕਰੈਕਟਰ ਜ਼ਿਆਦਾ ਵਧੀਆ ਲੱਗੇ ਜਾਂ ਮਤਲਬ ਕਾਮੇਡੀ? ਐਕਸ਼ਨ ਕਰੈਕਟਰ ਕਰਨ ਦੇ ਲਈ ਤਾਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜੀ। ਹਸਾਉਣ ਦੇ ਲਈ ਤਾਂ ਸਿਰਫ ਇੱਕ ਸਕ੍ਰਿਪਟ ਹੀ ਆ, ਉਹਨੂੰ ਆਪਾਂ ਜਦੋਂ ਪੇਸ਼ ਕਰ ਦਿੰਦੇ ਹਾਂ ਉਸ ਤਰੀਕੇ ਨਾਲ ਚੱਲੇ ਜਾਂਦੇ। ਤੁਹਾਨੂੰ ਲੱਗਦਾ ਜਿਹੜਾ ਹਸਾਉਣਾ ਲੋਕਾਂ ਨੂੰ ਅੱਜ ਦੀ ਡੇਟ 'ਚ ਜਿਵੇਂ ਲੋਕ ਇੱਕ ਦੂਜੇ ਨੂੰ ਵੇਖ ਵੇਖ ਕੇ ਸੜੀ ਜਾ ਰਹੇ ਨੇ, ਤੁਹਾਨੂੰ ਲੱਗਦਾ ਕਿ ਹਸਾਉਣਾ ਬਹੁਤ ਔਖਾ ਕੰਮ ਹੈ? ਬਿਲਕੁਲ ਜੀ, ਲੋਕ ਹੱਸਣਾ ਤਾਂ ਚਾਹੁੰਦੇ ਪਰ ਲੋਕਾਂ ਨੇ ਟੈਨਸ਼ਨਾਂ ਇੰਨੀਆਂ ਲਈਆਂ ਹੋਈਆਂ, ਬਿਲਕੁਲ ਘਰ ਦੀਆਂ ਪਰਿਵਾਰ ਦੀਆਂ। ਬਾਕੀ ਤੁਹਾਨੂੰ ਪਤਾ ਜੀ ਜਿਹੜਾ ਨਸ਼ਾ ਪਤਾ ਚੱਲ ਰਿਹਾ ਪੰਜਾਬ ਦੇ ਵਿੱਚ, ਉਹਨੂੰ ਲੈ ਕੇ ਲੁੱਟਾ ਖੋਹ ਨੂੰ ਲੈ ਕੇ ਬੰਦਾ ਟੈਨਸ਼ਨ 'ਚ ਤਾਂ ਹਰੇਕ ਚੀਜ਼ ਰਹਿੰਦੀ ਰਹਿੰਦੀ ਹੈ, ਜ਼ਿੰਦਗੀ ਜਿੰਦਾਬਾਦ ਦਾ ਕੰਮ ਹੀ ਨਹੀਂ। ਬਿਲਕੁਲ, ਕਿਹਾ ਜਾਂਦਾ ਕਿ ਹੱਸਦਿਆਂ ਦੇ ਘਰ ਵੱਸਦੇ, ਉਹ ਉਦੋਂ ਹੀ ਹੁੰਦਾ ਜਦੋਂ ਸਾਡੇ ਘਰਾਂ ਦੇ ਵਿੱਚ ਹਾਸਾ ਖੇੜਾ ਹੋਏਗਾ। ਅਤੇ ਤੁਸੀਂ ਆਪਣਾ ਕੋਈ ਵਧੀਆ ਜਿਹਾ ਇੱਕ ਡਾਇਲੋਗ ਸੁਣਾ ਦਿਓ ਜਿਹੜਾ ਸਾਡੇ ਵਿਊਵਰਸ ਦੇਖ ਕੇ ਖੁਸ਼ ਹੋ ਜਾਣ। ਜ਼ਰੂਰ ਜੀ ਜ਼ਰੂਰ, ਮੇਰੀ ਇੱਕ ਆਡੀਓ ਵਾਇਰਲ ਹੋਈ ਸੀਗੀ ਅਤੇ ਮੱਥਾ ਟੇਕ ਪਤਾਸਾ ਲਿਆ, ਮੈਂ ਉਹਦੇ ਤੁਹਾਨੂੰ ਦੋ ਸੁਣਾ ਦਿੰਦਾ ਜੀ। ਜੀ, ਕਹਿੰਦਾ ਅਲਖ ਨਿਰੰਜਨ ਅੱਗੇ ਗੱਡੀ ਪਿੱਛੇ ਇੰਜਣ, ਬਈ ਬਾਬੇ ਆਏ ਨੇ ਕੜਾ ਲਿਆਏ ਨੇ ਮਹੀਨਾ ਰਹਿਣਗੇ ਨਜ਼ਾਰੇ ਲੈਣਗੇ, ਆ ਬੱਚਾ ਪੈਰੀ ਪੈ ਮੱਥਾ ਟੇਕ ਪਤਾਸਾ ਲੈ, ਮੱਥਾ ਟੇਕ ਪਤਾਸਾ ਲੈ, ਵੀ ਤੋੜੇ ਝਾੜ ਦਿਆਂਗੇ ਮੰਤਰ ਮਾਰ ਦਿਆਂਗੇ ਭਾਗ ਘੜ ਦਿਆਂਗੇ ਕੋਕੇ ਜੜ ਦਿਆਂਗੇ ਕਾਲਜਾ ਠਾਰ ਦਿਆਂਗੇ ਚੁੱਲ੍ਹਾ ਸਾੜ ਦਿਆਂਗੇ ਜਿੱਥੇ ਬਹਿ ਜਾਈਏ ਲੁੱਟ ਕੇ ਲੈ ਜਾਈਏ ਲਾ ਦਈਏ ਤੈ ਮੱਥਾ ਟੇਕ ਪਤਾਸਾ ਲੈ ਮੱਥਾ ਟੇਕ ਪਤਾਸਾ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ। ਪਹਿਲੇ ਅਸੀਂ ਪਹਿਲੇ ਜ਼ਮਾਨੇ 'ਚ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਉਸ ਟਾਈਮ ਦੇਖਿਆ ਜਾਂਦਾ ਸੀ ਕਿ ਭਗਵੰਤ ਮਾਨ ਸਾਹਿਬ ਵੀ ਕੋਮੇਡੀ ਕਰਦੇ ਸੀਗੇ। ਅੱਜ ਹੁਣ ਚਲੋ ਮੁੱਖ ਮੰਤਰੀ ਬਣ ਗਏ, ਗੱਲ ਵੱਖਰੀ ਹੈ, ਪਰ ਜਿਹੜੀ ਕੋਮੇਡੀ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖਿਆ ਜਾਂਦਾ ਸੀ। ਅੱਜ ਭਾਰਤ ਆਪਣੇ ਪੰਜਾਬ ਦਾ ਜਿਹੜਾ ਸਿਨੇਮਾ ਹੈ ਬਹੁਤ ਤਰੱਕੀ ਕਰ ਰਿਹਾ ਹੈ, ਕਲੀ ਜੋਟਾ ਵਰਗੇ ਕੰਸੈਪਟ ਵੀ ਸਾਹਮਣੇ ਆਏ ਨੇ, ਹੁਣ ਮਸਤਾਨੇ ਵਰਗੀ ਫਿਲਮ ਦਾ ਵੀ ਕੰਸੈਪਟ ਸਾਹਮਣੇ ਆ ਰਿਹਾ। ਅਗਰ ਤੁਹਾਨੂੰ ਫਿਊਚਰ 'ਚ ਇੱਦਾਂ ਦਾ ਕੋਈ ਕੰਸੈਪਟ ਮਿਲਦਾ, ਕੀ ਕਰੋਗੇ ਤੁਸੀਂ? ਨਹੀਂ ਬਿਲਕੁਲ ਕਰੂੰਗਾ, ਜਿੱਦਾਂ ਹੁਣ ਮਸਤਾਨੇ ਮੂਵੀ ਤਾਂ ਆਪਾਂ ਕਹਿ ਦਈਏ ਆਪਣੇ ਇਤਿਹਾਸ ਦੇ ਨਾਲ ਹੀ ਬਿਲਕੁਲ ਚੀਜ਼ ਹੈ ਜੀ, ਬਹੁਤ ਵਧੀਆ ਫਿਲਮ ਆ ਉਹ ਵੀ ਅਤੇ ਦੇਖਣ ਵੀ ਸਾਰੇ ਜਣੇ ਜਾਣਗੇ ਮੈਨੂੰ ਉਮੀਦ ਹੈ ਜੀ। ਅਤੇ ਮੈਂ ਸੋਚਦਾ ਹੀ ਹੁੰਦਾ ਵੀ ਜ਼ਿਆਦਾ ਦੇਖੋ ਹਾਸੇ ਵਾਲੀ ਗੱਲ ਅਲੱਗ ਹੋ ਜਾਂਦੀ ਆ, ਕਿਸੇ ਬੰਦੇ ਟੌਂਟ ਮਾਰਨ ਵਾਲੀ ਗੱਲ ਹੋਰ ਹੋ ਜਾਂਦੀ ਆ, ਇਤਿਹਾਸ ਨਾਲ ਜੁੜਨਾ ਕੁਛ ਹੋਰ ਗੱਲ ਜੀ। ਜਿੱਦਾਂ ਹੁਣ ਭਾਅ ਜੀ ਨੇ ਮਸਤਾਨੀ ਮੂਵੀ ਬਣਾਈ, ਉਹਨਾਂ ਨੇ ਇਤਿਹਾਸ ਦੇ ਉੱਤੇ ਬਣਾਈ, ਉਹਦੇ ਵਿੱਚ ਸਾਰਾ ਕੁਛ ਦੇਖਣ ਨੂੰ ਮਿਲ ਜਾਣਾ ਆਪਾਂ ਨੂੰ। ਪਰ ਇੱਦਾਂ ਦੀਆਂ ਫਿਲਮਾਂ ਨੂੰ ਅੱਜ ਕੱਲ੍ਹ ਲੋਕ ਘੱਟ ਉਹ ਕਰਦੇ ਆ, ਬਿਲਕੁਲ, ਪਰ ਇਹਨੂੰ ਦੇਖਣਾ ਜ਼ਰੂਰ ਚਾਹੀਦਾ। ਅਕਸਰ ਦੇਖਿਆ ਜਾਂਦਾ ਕਿ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ, ਕਿ ਤੁਹਾਡੇ ਨਾਲ ਕਦੀ ਇੱਦਾਂ ਹੋਇਆ ਜਦੋਂ ਤੁਸੀਂ ਆਪਣੇ ਸਟਰਗਲ ਪੀਰੀਅਡ ਦੇ ਵਿੱਚ ਸੀ, ਤੁਹਾਡੇ ਨਾਲ ਕਦੀ ਇੱਦਾਂ ਹੋਇਆ ਵੀ ਇਹ ਕਿਹੜਾ ਕੰਮਾਂ 'ਚੋਂ ਕੰਮ ਹੈ, ਵੀ ਤੁਸੀਂ ਕਿਹੜਾ ਕੰਮ ਫੜ ਲਿਆ? ਮੈਂ ਜੀ ਵੈਸੇ ਤਾਂ ਸਕੂਲ ਤੋਂ ਹੀ ਸਕਿੱਟਾਂ ਕਰਦਾ ਹੁੰਦਾ ਮੈਂ ਜੀ। ਸਕੂਲ ਦੇ ਵਿੱਚ ਜਦ ਵੀ ਸਾਡੇ ਕੋਈ ਫੰਕਸ਼ਨ ਹੋਣਾ, ਉਹਨੇ ਸਭ ਤੋਂ ਪਹਿਲਾਂ ਮੈਨੂੰ ਦੱਸਣਾ ਵੀ ਆਹ ਸਾਡੇ ਫੰਕਸ਼ਨ ਆ, ਵੀ ਤੂੰ ਦੱਸ ਕਿਵੇਂ ਕਰਨਾ। ਮੈਂ ਹੀ ਸਾਰੀ ਟੀਮ ਤਿਆਰ ਕਰਨੀ ਜੀ, ਉਹ ਟੀਮ ਤਿਆਰ ਕਰਦੇ ਕਰਦੇ ਤੱਕ ਪਹੁੰਚ ਗਏ। ਬਾਕੀ ਜਦੋਂ ਕੋਈ ਵੀ ਆਪਾਂ ਕੰਮ ਕਰੀਏ, ਚਾਹੇ ਉਹ ਐਂਕਰਿੰਗ ਦਾ ਲਾ ਲਓ, ਕੋਈ ਵੀ ਲਾ ਲਓ, ਆਪਾਂ ਨੂੰ ਪਹਿਲਾਂ ਤਾਂ ਹਰੇਕ ਕੰਮ ਔਖਾ ਲੱਗਦਾ ਹੀ ਲੱਗਦਾ ਯਾਰ, ਵੀ ਪਤਾ ਨਹੀਂ ਸਕਸੈਸ ਮਿਲੂਗੀ ਜਾਂ ਨਹੀਂ ਮਿਲੂਗੀ। ਪਰ ਜੇ ਬੰਦਾ ਮਿਹਨਤ ਕਰਦਾ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ। ਲੋਕਾਂ ਦੇ ਨਾਲ ਜੇ ਆਪਾਂ ਇੱਕ ਬੰਦੇ ਨੂੰ ਜਵਾਬ ਦੇਣ ਲੱਗ ਕੇ, ਸਮਝ ਲਓ ਵੀ 100 ਬੰਦੇ ਨੂੰ ਆਪਾਂ ਜਵਾਬ ਦੇਣਾ ਪੈਣਾ, ਇੱਕ ਨੂੰ ਜਵਾਬ ਨਹੀਂ ਦਿੱਤਾ ਤਾਂ 100 ਨੂੰ ਵੀ ਜਵਾਬ ਆਪਾਂ ਨੂੰ ਦੇਣ ਦੀ ਲੋੜ ਨਹੀਂ। ਕੰਮ ਆਪਦਾ ਕਰਦੇ ਰਹਿਣਾ ਚਾਹੀਦਾ, ਆਪਦੀ ਆਪਦੇ ਆਪ 'ਤੇ ਜਿਹੜੇ ਬੰਦੇ ਨੂੰ ਯਕੀਨ ਆ ਜੀ, ਉਹਨੂੰ ਸਾਰੀ ਦੁਨੀਆਂ 'ਤੇ ਯਕੀਨ। ਬਿਲਕੁਲ, ਇਨਸਾਨ ਨੂੰ ਅਗਰ ਕੋਈ ਵੀ ਫੀਲਡ ਚੁਣਨੀ ਹੈ, ਮੇਰੇ ਹਿਸਾਬ ਨਾਲ ਘੋੜੇ ਵਾਂਗੂ ਨਾ ਜਿਵੇਂ ਸਾਈਡਾਂ 'ਤੇ ਲਗਾ ਲੈਂਦੇ ਨੇ, ਆਪਣੇ ਟਾਰਗੇਟ 'ਤੇ ਹੀ ਰੱਖਣਾ ਚਾਹੀਦਾ ਟੀਚਾ। ਬਿਲਕੁਲ, ਜਿਹੜਾ ਫੋਕਸ ਹੈ ਆਪਣੇ ਟਾਰਗੇਟ 'ਤੇ ਹੋਵੇ ਤਾਂ ਬੰਦਾ ਕਾਮਯਾਬੀ ਨੂੰ ਜ਼ਰੂਰ ਕਦੀ ਨਾ ਕਦੀ ਹਾਸਲ ਕਰਦਾ। ਅਤੇ ਹੁਣ ਮੈਨੂੰ ਇਹ ਦੱਸੋ ਕਿ ਜਿਹੜੀ ਤੁਸੀਂ ਕਾਮੇਡੀ ਕਰਦੇ ਹੋ, ਇਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਪੁੱਛਿਆ, ਇਤਿਹਾਸਿਕ ਰੋਲ ਅਦਾ ਕਰਨਾ ਬਹੁਤ ਔਖਾ ਹੈ ਪਹਿਲੀ ਗੱਲ, ਕਿਉਂਕਿ ਉਹ ਕਰੈਕਟਰ ਦੇ ਵਿੱਚ ਜਾਣਾ, ਉਹਨੂੰ ਨਿਭਾਉਣਾ ਔਰ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨਾ, ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਅਤੇ ਇੱਕ ਪ੍ਰੈਸ਼ਰ ਗੇਨ ਹੋ ਜਾਂਦਾ। ਕੀ ਤੁਸੀਂ ਇੱਦਾਂ ਦਾ ਕੋਈ ਵੀ, ਅਗਰ ਤੁਹਾਨੂੰ ਕੋਈ ਇਤਿਹਾਸਿਕ ਰੋਲ ਮਿਲਦਾ ਹੈ ਤਾਂ ਤੁਸੀਂ ਇੱਦਾਂ ਦੀ ਕਾਮੇਡੀ ਦੇ ਪਾਰਟ ਨੂੰ ਛੱਡ ਕੇ ਤੁਸੀਂ ਉਹ ਕਰਨਾ ਐਕਸੈਪਟ ਕਰੋਗੇ? ਸਭ ਤੋਂ ਪਹਿਲਾਂ ਤਾਂ ਮੈਂ ਇਹ ਕਰਮ ਵਾਲਾ ਹੀ ਮੰਨੂੰਗਾ, ਜੇ ਆਪਾਂ ਨੂੰ ਕੋਈ ਵੀ ਚਾਹੇ ਉਹ ਹਿੰਦੂ ਧਰਮ 'ਚ ਹੋ ਜਾਵੇ, ਚਾਹੇ ਮੁਸਲਿਮ ਧਰਮ 'ਚ ਹੋ ਜਾਵੇ, ਚਾਹੇ ਸਿੱਖ ਧਰਮ 'ਚ ਹੋ ਜਾਵੇ, ਕਰੈਕਟਰ ਕਰਨਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਅਤੇ ਜਦੋਂ ਕੋਈ ਵੀ ਬੰਦਾ ਕਰੈਕਟਰ ਕਰਦਾ ਜੀ, ਸਭ ਤੋਂ ਪਹਿਲਾਂ ਜਦੋਂ ਆਪਾਂ ਉਹ ਉਸ ਕਰੈਕਟਰ ਯੂਨੀਫਾਰਮ ਪਾ ਲੈਂਦੇ ਹਾਂ ਨਾ, ਅੱਧਾ ਕਰੈਕਟਰ ਤਾਂ ਬੰਦਾ ਵੈਸੇ ਸਿੱਖ ਜਾਂਦਾ, ਚਾਹੇ ਉਹ ਕੋਈ ਵੀ ਇਤਿਹਾਸ ਦਾ ਤੁਸੀਂ ਲਾ ਲਓ ਹੈ ਨਾ। ਅਤੇ ਜੇ ਮੈਨੂੰ ਮੌਕਾ ਮਿਲੂਗਾ ਤਾਂ ਮੈਂ ਬਾਖੂਬੀ ਆਪਦੇ ਵੱਲੋਂ ਪੂਰੀ ਮਿਹਨਤ ਦੇ ਨਾਲ, ਸੱਚਾਈ ਦੇ ਨਾਲ, ਇਮਾਨਦਾਰੀ ਦੇ ਨਾਲ ਉਹ ਕਰੈਕਟਰ ਨਿਭਾਉਂਗਾ। ਹੁਣ ਤੱਕ ਜਿਵੇਂ ਤੁਸੀਂ ਸ਼ੋਜ਼ ਕੀਤੇ ਨੇ, ਵੈਬ ਸੀਰੀਜ਼ ਕੀਤੀਆਂ ਨੇ ਔਰ ਮੂਵੀਜ਼ ਕੀਤੀਆਂ ਨੇ, ਐਮੀ ਵਿਕ ਨਾਲ ਵੀ ਕੀਤੀ ਹੈ, ਕਿ ਕਿੱਦਾਂ ਸਭ ਤੋਂ ਜ਼ਿਆਦਾ ਵਧੀਆ ਸੁਭਾਅ ਰਿਹਾ, ਵੀ ਕਿੰਨਾ ਦੇ ਕਿਹੜੇ ਆਰਟਿਸਟ ਜਿਹੜੇ ਤੁਹਾਨੂੰ ਬਹੁਤ ਮੇਲ ਖਾਂਦੇ ਤੁਹਾਡੇ ਸੁਭਾਅ ਦੇ ਨਾਲ? ਦੇਖੋ ਜਿੱਦਾਂ ਹੁਣ ਐਮੀ ਭਾਅ ਜੀ ਨਾਲ ਵੀ
ਮਾਂਦਰੇ ਦਾ ਸੁਭਾਅ ਮੈਨੂੰ ਲੱਗਦਾ ਜੋ 20 ਕਰੇ ਦਾ ਐਮੀ ਵਿਰਕ ਨਾਲ ਕਿੱਦਾਂ ਦੀ ਬੌਂਡਿੰਗ ਸੀ ਵਧੀਆ ਰਿਹਾ ਜੀ ਵੀਰੇ ਨਾਲ ਸੁਭਾਅ ਵੀ ਬਾਈ ਜਿੱਦਾਂ ਦੇ ਲੁੱਕ ਤੋਂ ਦੀਂਦੇ ਨੇ ਵੀ ਗੁੱਸੇ ਵਾਲੇ ਨੇ ਜਾਂ ਉਦਾਂ ਉਹ ਬਿਲਕੁਲ ਨਹੀਂ ਹੈਗੇ ਜਦੋਂ ਬਾਈ ਦੇ ਨਾਲ ਆਪਾਂ ਜਾ ਕੇ ਵਿਚਰਦੇ ਆ ਅਸੀਂ ਕੰਮ ਕਰਦੇ ਆ ਹਸਾ ਕੇ ਰੱਖਦੇ ਆ ਬਾਈ ਪੂਰੇ ਸੈੱਟ ਦੇ ਉੱਤੇ ਬਾਈ ਆਪ ਹੀ ਹਸਾ ਕੇ ਰੱਖਦੇ ਆ ਕਦੀ ਇਦਾਂ ਲੱਗਿਆ ਕਿ ਹਾਂ ਵੀ ਤੁਸੀਂ ਸੀਨੀਅਰ ਆਰਟਿਸਟ ਨਾਲ ਕੰਮ ਕਰ ਰਹੇ ਹੋ ਖੁਦ ਨੂੰ ਨਰਵਸਨੈਸ ਲੱਗੀ ਕਦੀ ਵੀ ਹਾਂ ਵੀ ਮੇਰੇ ਅੱਗੇ ਵੱਡੇ ਆਰਟਿਸਟ ਖੜੇ ਨੇ ਇੰਨੇ ਦਿੱਗਜ ਕਲਾਕਾਰ ਨੇ ਕਦੀ ਇਦਾਂ ਲੱਗਿਆ ਸੀ ਹੁੰਦਾ ਜੀ ਇਹ ਨਹੀਂ ਆਪਾਂ ਕਹਿ ਸਕਦੇ ਵੀ ਹੋ ਨਹੀਂ ਸਕਦਾ ਹੁੰਦਾ ਹਰੇਕ ਨੂੰ ਹੁੰਦਾ ਵਾ ਜੀ ਕਿਉਂਕਿ ਜਦੋਂ ਆਪਾਂ ਸੀਨੀਅਰ ਦੇ ਨਾਲ ਆਪਾਂ ਕੰਮ ਕਰਦੇ ਪਹਿਲੀ ਗੱਲ ਇਹ ਡਰ ਲੱਗਦਾ ਰਹਿੰਦਾ ਵੀ ਉਹਨਾਂ ਨੇ ਮੇਰੇ ਤੋਂ ਬੈਸਟ ਕਰਨਾ ਮੈਂ ਉਹਨਾਂ ਨਹੀਂ ਕਰ ਪਾਉਂਦਾ ਪਰ ਜਦੋਂ ਆਪਾਂ ਉਹਨਾਂ ਦੇ ਨਾਲ ਵਿਚਰ ਲੈਂਦੇ ਹਾਂ ਜਾਂ ਕੋਸਟਿਊਮ ਵਗੈਰਾ ਪਾ ਲੈਂਦੇ ਹਾਂ ਤਾਂ ਫਿਰ ਹੋ ਹੀ ਜਾਂਦਾ ਜੀ ਕਰੈਕਟਰ ਬਾਕੀ ਡਾਇਰੈਕਟਰ ਤੁਹਾਨੂੰ ਪਤਾ ਰੀਟੇਕ ਦਾ ਦੇ ਹੀ ਦਿੰਦੇ ਜੀ ਕਿਉਂਕਿ ਡਾਇਰੈਕਟਰ ਪਾਸ ਹੀ ਨਾ ਕਰਨ ਫਿਰ ਉਹ ਸ਼ਾਰਟ ਨਹੀਂ ਪਾਸ ਸ਼ੌਂਕ ਸਰਦਾਰੀ ਦਾ ਜੇ ਗੱਲ ਕੀਤੀ ਜਾਵੇ ਤੇ ਉਹ ਵੀ ਕਾਫੀ ਹਿੱਟ ਗਈ ਸੀ ਤੇ ਉਹਦੇ ਬਾਰੇ ਕੁਝ ਦੱਸੋ ਚਾਨਣਾ ਪਾਓ ਸ਼ੌਂਕ ਸਰਦਾਰੀ ਮੂਵੀ ਕਹਿ ਦਈਏ ਵੀ ਮੇਰਾ ਇੱਕ ਜ਼ਿੰਦਗੀ ਦਾ ਪਾਰਟ ਆ ਜੀ ਬਹੁਤ ਵਧੀਆ ਕਿਉਂਕਿ ਇੱਕ ਹਾਸੇ ਵਾਲੇ ਕਲਾਕਾਰ ਨੂੰ ਦੂਜੇ ਪਾਸੇ ਕਨਵਰਟ ਹੋਣਾ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜੀ ਤੇ ਇੱਕ ਸੈਕੰਡ ਲੀਡ ਦੇ ਉੱਤੇ ਵਰਕ ਸੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਵਰਕ ਆ ਕਮਲ ਗਰੇਵਾਲ ਬਾਈ ਜੀ ਨਾਲ ਰਹਿ ਕੇ ਬਹੁਤ ਗੱਲਾਂ ਸਿੱਖਣ ਨੂੰ ਵੀ ਮਿਲੀਆਂ ਤੇ ਸਮਝੀਆਂ ਵੀ ਨੇ ਮੈਂ ਬਹੁਤ ਗੱਲਾਂ ਬਾਈ ਜੀ ਤੋਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਕੰਮ ਵੀ ਆਉਣੀਆਂ ਨੇ ਤੇ ਬਾਈ ਦਾ ਵੀ ਦਿਲੋਂ ਧੰਨਵਾਦ ਕਰਦਾ ਜੀ ਕਮਲ ਬਾਈ ਜੀ ਦਾ ਜਿਨ੍ਹਾਂ ਨੇ ਮੈਨੂੰ ਆਪਦੇ ਨਾਲ ਸੈਕੰਡ ਲੀਡ ਦਾ ਮੌਕਾ ਦਿੱਤਾ ਜੀ ਆਉਣ ਵਾਲੇ ਕਿਹੜੇ ਕਿਹੜੇ ਕਨਸੈਪਟ ਨੇ ਤੁਹਾਡੇ ਵੀ ਜਿਨ੍ਹਾਂ ਦੇ ਵਿੱਚ ਲੱਗਦਾ ਕਿ ਦਮਦਾਰ ਰੋਲ ਤੁਹਾਡਾ ਹੋ ਸਕਦਾ ਵੀ ਇੱਕ ਤਾਂ ਵੀਰ ਵੀਰੇ ਦੀ ਫਿਲਮ ਆ ਰਹੀ ਹੈ ਜੀ ਭਾਖੜਾ ਮੈਂ ਤੇ ਤੂੰ ਤੇ ਇੱਕ ਮੇਰੀ ਖੁਦ ਲਿਖੀ ਫਿਲਮ ਅਸੀਂ ਹੁਣ ਇੰਗਲੈਂਡ ਸ਼ੂਟ ਕਰਨ ਜਾ ਰਹੇ ਹਾਂ ਜੀ ਅਗਲੇ ਮਹੀਨੇ ਤੇ ਉਹ ਮੈਨੂੰ ਉਮੀਦ ਆ ਉਹ ਮੇਰੀ ਲਿਖੀ ਵੀ ਆਪਦੀ ਹੋਈ ਹੈ ਤੇ ਕੈਰੈਕਟਰ ਵੀ ਉਹਦੇ ਵਿੱਚ ਸੈਕੰਡ ਲੀਡ ਤੇ ਮੈਂ ਆਪ ਕਰ ਰਹੀ ਹਾਂ ਤੁਸੀਂ ਲਿਖਦੇ ਵੀ ਹੋ ਹਾਂਜੀ ਜੀ ਮਤਲਬ ਨਾਲ ਦੇ ਨਾਲ ਇੱਕ ਕਮੇਡੀਅਨ ਦੇ ਨਾਲ ਰਾਈਟਰ ਵੀ ਹੋ ਤੁਸੀਂ ਹਾਂਜੀ ਜਿੰਨੀਆਂ YouTube ਦੇ ਉੱਤੇ ਕਨਸੈਪਟ ਹੈਪੀ ਵੀਰੇ ਨਾਲ ਕੀਤੇ ਨੇ ਜਾਂ ਮੇਰੀ ਆਪਦੀ ਵੈਬ ਸੀਰੀਜ਼ ਨੇ ਉਹ ਸਾਰੀ ਮੇਰੀ ਆਪਦੀਆਂ ਲਿਖੀਆਂ ਨੇ ਤੇ ਜਦੋਂ ਤੁਸੀਂ ਆਪ ਮੂਵੀ ਜਿਵੇਂ ਹੁਣ ਤੁਸੀਂ ਸੋਚਿਆ ਵੀ ਇੰਗਲੈਂਡ ਜਾ ਕੇ ਕਰਨਾ ਤੇ ਫਾਈਨੈਂਸ ਦੀ ਕਿੱਥੋਂ ਦੀ ਅਰੇਂਜਮੈਂਟ ਹੁੰਦੇ ਨੇ ਉਹ ਜੀ ਪ੍ਰੋਡਿਊਸਰ ਮਿਲ ਜਾਂਦੇ ਜਿੱਦਾਂ ਹੁਣ ਜਿਹੜੀ ਸਾਡੀ ਮੂਵੀ ਅਸੀਂ ਕਰਨ ਲੱਗੇ ਹਾਂ ਇੰਗਲੈਂਡ ਉਹ ਦਿੱਲੀ ਦੇ ਪ੍ਰੋਡਿਊਸਰ ਨੇ ਜੀ ਓਕੇ ਵਧੀਆ ਬਜਟ ਲਾ ਰਹੇ 6-7 ਕਰੋੜ ਰੁਪਏ ਲਾ ਰਹੇ ਨੇ ਵਧੀਆ ਬਜਟ ਮਤਲਬ ਪੈਸਾ ਤਾਂ ਬੰਦਾ ਲਾ ਹੀ ਦਿੰਦਾ ਜੀ ਉਸ ਤੋਂ ਬਾਅਦ ਡਾਇਰੈਕਟਰ ਦੀ ਗੱਲ ਆ ਜਾਂਦੀ ਵੀ ਡਾਇਰੈਕਟਰ ਨੂੰ ਚੀਜ਼ ਨੂੰ ਪੇਸ਼ ਕਿੱਦਾਂ ਕਰਦਾ ਜੋ ਪੇਸ਼ ਵਧੀਆ ਹੁੰਦੀ ਆ ਫਿਰ ਲੋਕੀ ਨੂੰ ਅਕਸੈਪਟ ਵੀ ਕਰਦੇ ਆ ਜੀ ਨਹੀਂ ਫਿਰ ਲੋਕੀ ਤੁਹਾਨੂੰ ਪਤਾ ਵੀ ਲੱਗੀਆਂ ਰਹਿ ਜਾਂਦੀਆਂ ਫਿਲਮਾਂ ਨਹੀਂ ਦੇਖਣ ਜਾਂਦੇ ਨਹੀਂ ਹੈਗੇ ਸਿਨੇਮਾ ਦੇ ਵਿੱਚ ਰਿਐਲਿਟੀ ਸ਼ੋਜ਼ ਦੇ ਵਿੱਚ ਜਦੋਂ ਤੁਸੀਂ ਇੰਨੇ ਸਾਰੇ ਲੋਕਾਂ ਨਾਲ ਪਾਰਟਿਸਿਪੇਟ ਕੀਤਾ ਕੀ ਕੁਝ ਅਲੱਗ ਦੇਖਣ ਨੂੰ ਕੀ ਮਿਲਿਆ ਸੀ ਤੁਹਾਨੂੰ ਉੱਥੇ ਸਭ ਤੋਂ ਪਹਿਲਾਂ ਤਾਂ ਇਹ ਸੀਗਾ ਕਿਉਂਕਿ ਮੈਂ ਸੀਜ਼ਨ 2 'ਚ ਗਿਆ ਸੀ ਉਹਦੇ ਵਿੱਚ ਜਿਹੜੇ 1 ਤੋਂ ਰਿਜੈਕਟ ਹੋਏ ਸੀਗੇ ਉਹ ਵੀ ਸੀਗੇ ਕਿਉਂਕਿ ਉਹਨਾਂ ਨੂੰ ਤਾਂ ਬਹੁਤ ਕੁਝ ਪਤਾ ਸੀਗਾ ਜੀ ਮੈਂ ਤਾਂ ਕਹਿੰਦਾ ਵੀ ਕੱਪੜਾ ਲੀੜਾ ਪਾਉਣ ਦਾ ਢੰਗ ਵੀ ਮੈਨੂੰ ਉੱਥੋਂ ਹੀ ਆਇਆ PTC ਕਿਉਂਕਿ ਆਪਾਂ ਇੰਨਾ ਨਹੀਂ ਸੀਗੇ ਵਿਚਰਦੇ ਤੁਹਾਨੂੰ ਪਤਾ ਪਿੰਡ ਵਾਲਿਆਂ ਦੀ ਮਤਲਬ ਦੇਸੀ ਹੁੰਦੀ ਹੈ ਜੀ ਪਰ ਉਹਨਾਂ ਨੇ ਬਹੁਤ ਕੁਝ ਸਿਖਾਇਆ ਵੀ ਆ ਅਤੇ ਸਮਝ ਵੀ ਲੱਗੀ ਆ ਜੀ ਲੋਕਾਂ ਨਾਲ ਕਿੱਦਾਂ ਵਿਚਰਨਾ ਕਿੱਦਾਂ ਬੈਠਣਾ ਉਪਾਸਨਾ ਸਿੰਘ ਜੀ ਦਾ ਵੀ ਕਿਵੇਂ ਕਰੈਕਟਰ ਦੇਖਦੇ ਹੋ ਤੁਸੀਂ ਉਪਾਸਨਾ ਸਿੰਘ ਮੈਡਮ ਤਾਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਮੈਂ ਉਹਨਾਂ ਦਾ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਵੀ ਹੈ ਜੀ ਨਾਲ ਬਿੰਦੂ ਦਾਰਾ ਸਿੰਘ ਜੀ ਦਾਰਾ ਬੇਟੇ ਨੇ ਉਹਨਾਂ ਨੇ ਮੈਨੂੰ ਬਹੁਤ ਸਿਖਾਇਆ ਸਿਲੈਕਟ ਹੀ ਉਹਨਾਂ ਨੇ ਕੀਤਾ ਸੀਗਾ ਤੇ ਸਭ ਤੋਂ ਵੱਡਾ ਜੇ ਮੈਂ ਧੰਨਵਾਦ ਕਰਾਂ ਇਸ ਲਾਈਨ ਦੇ ਵਿੱਚ ਲਿਆਉਣ ਦੇ ਲਈ ਉਹ ਰਣਵੀਰ ਰਾਣਾ ਭਾਜੀ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਸੁਣਾ ਕੇ ਹਟਿਆ ਮੱਥਾ ਟੇਕ ਸਾਲ ਹੈ ਉਹ ਉਹਨਾਂ ਨੇ ਸਿਲੈਕਟ ਕਰਕੇ ਮੈਨੂੰ PTC ਪੰਜਾਬੀ ਦੇ ਲੈ ਕੇ ਆਏ ਸੀ ਰਣਵੀਰ ਰਾਣਾ ਭਾਜੀ ਪਰ ਉਹਨਾਂ ਨੂੰ ਮੈਂ ਦੂਜੀ ਵਾਰ ਕਦੇ ਮਿਲਿਆ ਨਹੀਂ ਹੈਗਾ ਜ਼ਿੰਦਗੀ 'ਚ ਤੇ ਬਸ ਉਹਨਾਂ ਇੱਕ ਵਾਰ ਮੁਲਾਕਾਤ ਹੋਈ ਉਹਨਾਂ ਨੇ ਮੈਨੂੰ ਲੈ ਕੇ ਦੱਸਿਆ ਜੇ ਕਦੀ ਮੌਕਾ ਮਿਲੇ ਤੇ ਕਿਹੜੇ ਆਰਟਿਸਟ ਨਾਲ ਕੰਮ ਕਰਨਾ ਪਸੰਦ ਕਰੋਗੇ ਤੇ ਕੰਮ ਤਾਂ ਹੁਣ ਸਾਰੇ ਆਰਟਿਸਟਾਂ ਨਾਲ ਹੀ ਕਰਨਾ ਪਰ ਇੱਕ ਆਈਡਲ ਹੁੰਦਾ ਨਾ ਹਰ ਬੰਦੇ ਦਾ ਵੀ ਮੈਂ ਇਹਨਾਂ ਨਾਲ ਜਿਵੇਂ ਹੁਣ ਦਿਲਜੀਤ ਦੋਸਾਂਝ ਨੇ ਵੀ ਉਹ ਇਦਾਂ ਤੁਸੀਂ ਕਿਸੇ ਕਿਹੜੇ ਕੈਰੈਕਟਰ ਨਾਲ ਕੰਮ ਕਰਨਾ ਪਸੰਦ ਕਰੋਗੇ ਜਿੰਮੀ ਸ਼ੇਰਗਿੱਲ ਬਾਈ ਨਾਲ ਕੰਮ ਕਰਨਾ ਅੱਛਾ ਜੀ ਸੁਪਨਾ ਇੱਕ ਵਾਰ ਵੀ ਜਿੰਮੀ ਸ਼ੇਰਗਿੱਲ ਬਾਈ ਨਾਲ ਕੰਮ ਕਰਨਾ ਜਿੰਮੀ ਸ਼ੇਰਗਿੱਲ ਜੀ ਆਪਣੇ ਆਪ 'ਚ ਹੀ ਬਹੁਤ ਵਧੀਆ ਕਰੈਕਟਰ ਨੇ ਉਹ ਕਿਉਂਕਿ ਉਹਨਾਂ ਨੇ ਪੰਜਾਬੀ ਬੇਸ਼ੱਕ ਬਾਲੀਵੁੱਡ 'ਚ ਵੀ ਉਹਨਾਂ ਨੇ ਕੀਤੀਆਂ ਬਟ ਪੰਜਾਬੀ ਸਿਨੇਮਾ ਨੂੰ ਉਹਨਾਂ ਨੇ ਬਹੁਤ ਵਧੀਆ ਕਿਰਦਾਰ ਦਿੱਤੇ ਆ ਸ਼ਰੀਕ ਮੂਵੀ ਬਹੁਤ ਵਧੀਆ ਸੀ ਜੀ ਤੇ ਹੀਰੋ ਨਾਮ ਵੀ ਯਾਦ ਰੱਖੀ ਮੇਰੀ ਫੇਵਰੇਟ ਮੂਵੀਆਂ ਦੋਨੇ ਜੀ ਅੱਛਾ ਜੀ ਹਾਂਜੀ ਮੈਂ ਜਦ ਵੀ ਜਦ ਫ੍ਰੀ ਹੁੰਨਾ ਵਾ ਤਾਂ ਮੈਂ ਉਹ ਫਿਲਮ ਦੇਖਣੀ ਦੇਖਣੀ ਹੈ ਜੀ ਹੀਰੋ ਨਾਮ ਯਾਦ ਰੱਖੀ ਅੱਛਾ ਜੀ ਬਹੁਤ ਘੈਂਟ ਫਿਲਮ ਹੈ ਜੀ ਅੱਛਾ ਤੇ ਹੁਣ ਕੋਈ ਇੱਕ ਛੋਟਾ ਜਿਹਾ ਕਾਮੇਡੀ ਦਾ ਕੁਝ ਵੀ ਸੁਣਾ ਸਕਦੇ ਹੋ ਜਿਵੇਂ ਸਟੈਂਡ ਅਪ ਕਾਮੇਡੀ ਚ ਤੁਸੀਂ ਸੁਣਾਇਆ ਹੋਵੇ ਜਿੱਦਾਂ ਮੈਂ ਵਿਅੰਗੀ ਕਸ ਦਿੰਦਾ ਹੁੰਦਾ ਜੀ ਉਦਾਂ ਦੇ ਟਾਈਪ ਨਾਲ ਤੁਹਾਨੂੰ ਸੁਣਾ ਦਿੰਦਾ ਜੀ ਇੱਕ ਮੇਰੀ ਉਹ ਵੀ ਬਹੁਤ ਵਾਇਰਲ ਹੋਈ ਸੀ ਵੀਡੀਓ ਮੁੰਡੇ ਨੂੰ ਮਾਮਾ ਮਾਮਾ ਕਹਿੰਦੇ ਆ ਉਹ ਮੈਂ ਤੁਹਾਨੂੰ ਸੁਣਾ ਦਿੰਦਾ ਜੀ ਥੋੜੀ ਲੰਮੀ ਆ ਪਰ ਜਿੰਨੀ ਕਿ ਮੈਂ ਸੁਣਾ ਸਕਦਾ ਜ਼ਰੂਰ ਸੁਣਾ ਦਿੰਦਾ ਕਹਿੰਦਾ ਲਓ ਜੀ ਨਾਮ ਮੇਰਾ ਮਾਮਾ ਪਿੰਡ ਬੱਦੋਵਾਲ ਆ ਸਾਰੇ ਪਿੰਡ ਨੂੰ ਬਾਬੇ ਉਂਗਲਾਂ ਤੇ ਨੇ ਚਾਹੀਦਾ ਆਪਾਂ ਕੰਮ ਕੁੰਮ ਕਰਦੇ ਨਹੀਂ ਬਸ ਚੋਰੀ ਕਰਕੇ ਖਾਈਦਾ ਕਹਿੰਦਾ ਕਿਸੇ ਨਾਲੋਂ ਛੋਟੇ ਆ ਕਿਸੇ ਨਾਲੋਂ ਵੱਡੇ ਆ ਕੰਮ ਤਾਂ ਵਿਹਲੇ ਆ ਘਰੋਂ ਬਾਹਰੋਂ ਕੱਢੇ ਆ ਜੇਬੋਂ ਮਲਾਂਗਾ ਨਸ਼ੇ ਪੱਤਰ ਤੰਗ ਆ ਰਾਜੇ ਬਣ ਕੇ ਰਹਿੰਦੇ ਆ ਰੱਬ ਦੇ ਰੰਗ ਆ ਕੁੜੀ ਫਾਸਦੀ
ਸੂਏ ਤੇ ਮੋਟਰਾ ਟਾਲੀ ਖੜੀ ਹੈ ਬੀਜਿਆ ਕੱਖ ਨਹੀਂ ਪੈਲੀ ਰੈੜੀ ਹੈ ਜਿੱਦਣ ਪੈਰਾ ਸਾਡਾ ਹੁੰਦਾ ਫਿਰ ਆਪਾਂ ਡੱਟ ਕੇ ਲਾਈਦਾ ਚੁਰਾ ਲਾਲੀ ਦੇ ਕੁੱਤੀ ਫਿਰ ਆਪਾਂ ਰਲ ਕੇ ਖਾਈਦਾ ਕਹਿੰਦੇ ਪੈਂਚ ਸਰਪੰਚ ਬਹੁਤਾ ਸਿਰ ਤੇ ਨਹੀਂ ਚੱਕੀਦਾ ਆਪਾਂ ਪੈਂਚ ਸਰਪੰਚ ਬਹੁਤਾ ਸਿਰ ਤੇ ਨਹੀਂ ਚੱਕੀਦਾ ਡਰ ਡੁਰ ਕਿਸੇ ਦਾ ਨਹੀਂ ਰਾਂਝਾ ਰਾਜੀ ਰੱਖੀਦਾ ਸੱਚ ਭਾਵੇਂ ਕੌੜਾ ਲੱਗੇ ਮੂੰਹ ਤੇ ਕਹਿ ਜਾਈਦਾ ਨਸ਼ੇ ਵਾਲੇ ਕੋ ਖੜਦੇ ਨਹੀਂ ਬਾਬੇ ਨੇੜੇ ਜਾ ਕੇ ਬਹਿ ਜਾਈਦਾ ਲਓ ਜੀ ਡਾਕਖਾਨਾ ਖਾਸ ਪਿੰਡ ਬੱਦਵਾਲ ਰਹਿੰਦੇ ਆ ਯਮ ਮੁੰਡੇ ਕੋ ਮੋਟਰਸਾਈਕਲ ਮੁੰਡੇ ਨੂੰ ਮਾਮਾ ਮਾਮਾ ਕਹਿੰਦੇ ਵਾਹ ਜੀ ਵਾਹ ਵਾਹ ਜੀ ਇਹਨਾਂ ਇਹਨਾਂ ਲੰਬਾ ਜਿਹੜਾ ਲੁਫਤ ਤੁਸੀਂ ਸੁਣਾਇਆ ਹੈ ਇਹਨਾਂ ਮਤਲਬ ਯਾਦ ਰਹਿੰਦਾ ਤੁਹਾਨੂੰ ਹਾਂਜੀ ਉਹ ਇੱਕ ਤਾਂ ਐ ਸੀਗਾ ਵੀ ਆਪਦਾ ਖੁਦ ਲਿਖੇ ਕਰਕੇ ਯਾਦ ਰਹਿੰਦਾ ਵਾ ਇਹਦਾ ਬਹੁਤ ਲੰਬਾ ਚੱਲਿਆ ਹੁੰਦਾ ਮੈਂ ਤੁਹਾਨੂੰ ਸ਼ੋਰਟ ਹੀ ਸੁਣਾ ਦਿੰਦਾ ਬਿਲਕੁਲ ਇੱਕ ਤੁਸੀਂ ਵਿੱਚ ਬੋਲਿਆ 21 ਸਾਲਾਂ ਦਾ ਮੁੰਡਾ ਮੁੰਡਾ ਨੌਜਵਾਨ ਜਵਾਨ ਹੈ ਹਾਂਜੀ 21 ਸਾਲ ਮੁੰਡੇ ਦੀ ਉਮਰ ਹੈ ਸਿੰਗਲ ਮੇਲ ਹੈ ਸੋ ਜਿਹੜੀ ਵੀ ਕੁੜੀ ਪਸੰਦ ਕਰਦੀ ਹੈ ਦੇਖ ਲਓ ਤੁਸੀਂ ਅਪਰੋਚ ਕਰ ਸਕਦੇ ਹੋ ਮੁੰਡਾ ਹਜੇ ਵੀ ਸਿੰਗਲ ਹੈ ਬਿਲਕੁਲ ਜੀ ਕਹਿੰਦੇ ਹਾਂ ਬਿਲਕੁਲ ਸਿੰਗਲ ਹੈ ਸੋ ਸਿੰਗਲ ਤੋਂ ਮਿੰਗਲ ਹੋਣ ਦਾ ਕੀ ਇਰਾਦਾ ਬਸ ਹੋ ਜਾਣਗੇ ਜੀ ਕੈਨੇਡਾ ਕਰੂਡਾ ਲਈ ਲਵਾਂਗੇ ਠੀਕ ਹੈ ਕੈਨੇਡਾ ਵਾਲੀ ਤੇ ਮਾਤਾ ਸ਼੍ਰੀ ਨੂੰ ਪਤਾ ਭਾਸ਼ਾ ਸਮਝ ਆ ਜੂਗੀ ਉਹਨਾਂ ਦੀ ਕੈਨੇਡਾ ਵਾਲੀ ਦੀ ਹਾਂਜੀ ਆਪਾਂ ਲੈਣੀ ਹੈ ਪੰਜਾਬੀ ਕੁੜੀ ਕੈਨੇਡਾ ਵਾਲੀ ਠੀਕ ਹੈ ਪੰਜਾਬੀ ਪਰ ਕੈਨੇਡਾ ਵਾਲੇ ਲੇਕਿਨ ਪੰਜਾਬ ਦੀਆਂ ਲੈ ਕੇ ਜਾਂਦੇ ਹਾਂਜੀ 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 ਤੇ ਤੁਸੀਂ ਕੈਨੇਡਾ ਵਾਲੀ ਲੈਣੀ ਹੈ ਫਿਰ ਉਹ ਅੰਗਰੇਜ਼ੀ ਬੋਲੂਗੀ ਨਹੀਂ ਕੋਈ ਗੱਲ ਨਹੀਂ ਜੀ ਇੱਥੋਂ ਦੀ ਜੰਮੀ ਪਲੀ ਆਪਾਂ ਉਹ ਲੈਣੀ ਜਿਹੜੀ ਉੱਥੇ ਜਾ ਕੇ ਪੀਆਰ ਹੋਈ ਸੋ ਜਿੰਨੂੰ ਵੀ ਦੇਖ ਲਓ ਇਦਾਂ ਦਾ ਸੋਹਣਾ ਪੰਜਾਬੀ ਮੁੰਡਾ ਚਾਹੀਦਾ ਉਹ ਵੀ ਕਾਮੇਡੀਅਨ ਜ਼ਰੂਰ ਇਹਨਾਂ ਨਾਲ ਗੱਲਬਾਤ ਕਰਿਓ ਸੋ ਇਹਨਾਂ ਦੇ ਆਉਣ ਵਾਲੇ ਜਿਹੜੇ ਅਪਕਮਿੰਗ ਪ੍ਰੋਜੈਕਟ ਹੈ ਉਹਨਾਂ ਨੂੰ ਵੀ ਬਹੁਤ ਪਿਆਰ ਦੇਣਾ ਕਿਉਂਕਿ ਇੱਦਾਂ ਦੇ ਜਿਹੜੇ ਕਲਾਕਾਰ ਨੇ ਉਹ ਸਾਡੇ ਪੰਜਾਬ ਦਾ ਸਰਮਾਇਆ ਹੁੰਦੇ ਨੇ ਜਿਹੜੇ ਇੱਕ ਵਧੀਆ ਪੰਜਾਬ ਦੀ ਇੱਕ ਝਲਕ ਪੇਸ਼ ਕਰਦੇ ਨੇ ਸੋ ਕਾਮੇਡੀ ਵੈਸੇ ਵੀ ਲੋਕਾਂ ਨੂੰ ਹਸਾਉਣ ਦੇ ਵਿੱਚ ਕੰਮ ਆਉਂਦੀ ਹੈ ਔਰ ਹੱਸਦਿਆਂ ਦੇ ਘਰ ਵੱਸਦੇ ਜਿਵੇਂ ਮੈਂ ਪਹਿਲੇ ਵੀ ਬੋਲਿਆ ਸੀ ਸੋ ਹੱਸਦਿਆਂ ਦੇ ਘਰ ਤਾਂ ਹੀ ਵੱਸ ਸਕਦੇ ਜੋ ਅਗਰ ਇੱਦਾਂ ਦੇ ਕਾਮੇਡੀਅਨ ਲੋਕ ਸਿਨੇਮਾ 'ਤੇ ਪੜ੍ਹਦੇ ਅਤੇ ਸਾਡੇ ਸਾਹਮਣੇ ਕੋਮੇਡੀ ਪੇਸ਼ ਕਰਦੇ ਨੇ ਸੋ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਸਟੂਡੀਓ ਦੇ ਵਿੱਚ ਆਉਣ ਦੇ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਤੁਹਾਡੇ ਆਉਣ ਵਾਲੇ ਸਾਰੇ ਪ੍ਰੋਜੈਕਟਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਧੰਨਵਾਦ